ਉਹਨਾਂ ਦੇ ਵਾਲੀ ਸੱਲੱਲਾ ਅਲੈਹ ਵਸੱਲਮ ਨੇ ਗਰੀਬਾਂ ਦਾ ਖਿਆਲ ਕੀਤਾ। ਯਕੀਨ ਕਰੋ ਜਾਨਵਰ ਵੀ ਸ਼ਿਕਾਇਤਾਂ ਲੈ ਕੇ ਹਜ਼ੂਰ ਕੋਲ ਆਉਂਦੇ ਸਨ, ਕਿਉਂ? ਉਹਨਾਂ ਨੂੰ ਪਤਾ ਸੀ ਇੱਥੇ ਸੁਣਿਆ ਜਾਂਦਾ ਹੈ। ਇੱਕ ਦਿਨ ਇੱਕ ਊਂਟ ਆ ਗਿਆ, ਤਵੱਜੋ ਹੈ ਮੇਰੇ ਵੱਲ ਸਾਰਿਆਂ ਦੀ ਬਾਈ, ਊਂਟ ਆਇਆ ਤੇ ਨਬੀ ਕਰੀਮ ਅਲੈਹ ਸਲਾਤੁ ਵਸਲਾਮ ਦੀ ਬਾਰਗਾਹ 'ਚ ਨਾ ਉਹਨੇ ਕੋਈ ਸ਼ਿਕਾਇਤ ਕੀਤੀ। ਹਜ਼ੂਰ ਨੇ ਫਰਮਾਇਆ ਦੇ ਮਾਲਿਕ ਨੂੰ ਬੁਲਾਓ। ਉਹਦਾ ਮਾਲਿਕ ਆਇਆ। ਨਬੀ ਕਰੀਮ ਅਲੈਹ ਸਲਾਤੁ ਵਸਲਾਮ ਨੇ ਫਰਮਾਇਆ, ਹਾਂ ਬਈ ਇਹ ਊਂਟ ਤੇਰੀ ਸ਼ਿਕਾਇਤ ਪਿਆ ਕਰਦੇ। ਅਰਜ਼ ਕਰਦਾ, ਯਾ ਰਸੂਲ ਅੱਲਾਹ, ਇਹ ਊਂਟ ਬੜਾ ਅਥਰਾ ਹੈ, ਜਿਹੜਾ ਇਹਦੇ ਕਰੀਬ ਜਾਵੇ ਮਾਰਦਾ ਹੈ। ਯਾ ਰਸੂਲ ਅੱਲਾਹ, ਨਾ ਸਵਾਰੀ ਕਰਨ ਦਿੰਦਾ ਹੈ, ਨਾ ਇਹ ਕੋਈ ਬੋਝ ਉਠਾਉਂਦਾ ਹੈ। ਯਾ ਰਸੂਲ ਅੱਲਾਹ, ਖਾਣਾ ਖਾਂਦਾ ਪਰ ਕਰੀਬ ਕਿਸੇ ਨੂੰ ਨਹੀਂ ਆਉਣ ਦਿੰਦਾ, ਪਹਿਲੇ ਇੰਜ ਦਾ ਨਹੀਂ ਸੀ, ਹੁਣ ਬੜਾ ਅਥਰਾ ਹੋ ਗਿਆ। ਨਬੀ ਪਾਕ ਨੇ ਊਂਟ ਨੂੰ ਫਰਮਾਇਆ, ਗੱਲ ਕੀ ਹੈ? ਤਵੱਜੋ ਹੈ ਸਾਰੇ ਮੇਰੇ ਵੱਲ। ਹਜ਼ੂਰ ਨੇ ਫਰਮਾਇਆ, ਕਿਉਂ ਇੰਜ ਕਰਨਾ? ਊਂਟ ਕਹਿਣ ਲੱਗਾ, ਕਮਲੀ ਵਾਲਿਆ, ਇਹਨੂੰ ਪੁੱਛੋ ਇਹ ਇਸ਼ਾ ਦੀ ਨਮਾਜ਼ ਨਹੀਂ ਪੜ੍ਹਦਾ। ਮੈਨੂੰ ਡਰ ਲੱਗਦਾ ਯਾ ਰਸੂਲ ਅੱਲਾਹ, ਇਹਦੇ ਇਸ਼ਾ ਦੀ ਨਮਾਜ਼ ਪੜ੍ਹਨ ਦੀ ਨਾ ਪੜ੍ਹਨ ਦੀ ਵਜ੍ਹਾ ਤੋਂ ਇਹਦੇ 'ਤੇ ਅਜ਼ਾਬ ਆਉਣਾ ਹੈ, ਅਤੇ ਇਹਦੀ ਵਜ੍ਹਾ ਤੋਂ ਕਿਧਰੇ ਮੇਰੇ 'ਤੇ ਵੀ ਅਜ਼ਾਬ ਨਾ ਆ ਜਾਏ। ਹਜ਼ੂਰ ਨੇ ਉਹਨੂੰ ਫਰਮਾਇਆ, ਸੁਣਿਆ ਬਾਈ ਤੂੰ ਇਸ਼ਾ ਦੀ ਨਮਾਜ਼ ਨਹੀਂ ਪੜ੍ਹਦਾ, ਇਹ ਹੁਣ ਤੇਰੀ ਸ਼ਿਕਾਇਤ ਕਰਦਾ ਹੈ ਕਿ ਤੇਰੇ 'ਤੇ ਅਜ਼ਾਬ 'ਤੇ ਆਉਣਾ ਹੀ ਆਉਣਾ, ਕਿਧਰੇ ਮੇਰੇ 'ਤੇ ਵੀ ਨਾ ਆ ਜਾਏ। ਉਸ ਬੰਦੇ ਨੇ ਹੱਥ ਜੋੜ ਕੇ ਅਰਜ਼ ਕੀਤੀ, ਯਾ ਰਸੂਲ ਅੱਲਾਹ, ਅੱਜ ਤੋਂ ਬਾਅਦ ਮੈਂ ਇਸ਼ਾ ਦੀ ਨਮਾਜ਼ ਨਹੀਂ ਛੱਡਾਂਗਾ। ਤੇ ਊਂਟ ਕਹਿਣ ਲੱਗਾ, ਤੂੰ ਇਸ਼ਾ ਦੀ ਨਮਾਜ਼ ਨਹੀਂ ਛੱਡੇਗਾ ਤੇ ਮੈਂ ਵੀ ਤੇਰੀ ਗੁਲਾਮੀ ਨਹੀਂ ਛੱਡਾਂਗਾ। ਇਹੋ ਬਾਰਗਾਹ ਜਿੱਥੇ ਆ ਕੇ ਜਾਨਵਰ ਵੀ ਸ਼ਿਕਾਇਤਾਂ ਕਰਦੇ, ਮਾੜਿਆਂ ਦੀਆਂ, ਗਰੀਬਾਂ ਦੀਆਂ, ਜਾਨਵਰਾਂ ਦੀਆਂ, ਸਾਰਿਆਂ ਦੀਆਂ ਇਸੇ ਬਾਰਗਾਹ 'ਚ ਸੁਣੀਆਂ ਜਾਂਦੀਆਂ। ਉਹ ਮੇਰੀ ਮਿਲਤ ਦੇ ਨੌਜਵਾਨ ਨੂੰ ਜਦੋਂ ਆਈ ਨਾ ਮਾਂ ਅਤੇ ਬਾਪ ਦੀ ਵਾਰੀ ਅਤੇ ਭੈਣਾਂ ਅਤੇ ਭਾਈਆਂ ਦੀ ਵਾਰੀ, ਉਹ ਕਿਹੜਾ ਰਿਸ਼ਤਾ ਜਿਹੜੇ ਰਿਸ਼ਤੇ ਦਾ ਅਦਬ ਅਤੇ ਇਹਤਰਾਮ ਅਤੇ ਮੇਰੇ ਨਬੀ ਨਾ ਦੱਸਿਆ, ਯਾਨੀ ਸੀਰਤ ਦਾ ਹਰ ਰੰਗ ਵੇਖੋ। ਹਜ਼ੂਰ ਆਏ ਅਤੇ ਮਾਂ ਦੇ ਕਦਮਾਂ ਥੱਲੇ ਜੰਨਤ ਆ ਗਈ, ਬਾਪ ਜੰਨਤ ਦਾ ਦਰਵਾਜ਼ਾ ਬਣ ਗਿਆ, ਨੇਕ ਬੀਵੀ ਜੰਨਤ ਦੀ ਸਾਥੀ ਬਣ ਗਈ, ਅਤੇ ਭੈਣਾਂ ਅਤੇ ਬੇਟੀਆਂ ਨੂੰ ਮੇਰੇ ਨਬੀ ਨੇ ਜੰਨਤ ਦੀ ਰਾਹਦਾਰੀ ਅਤੇ ਟਿਕਟਾਂ ਬਣਾ ਦਿੱਤਾ, ਬੇਟੀਆਂ ਅਤੇ ਬਹਿਣਾਂ ਨੂੰ ਤੇ ਜ਼ਿੰਦਾ ਹੀ ਦਫ਼ਨ ਕਰ ਦਿੱਤੇ ਸਨ ਨਾ ਪੈਦਾ ਹੁੰਦੇ। ਕੌਣ ਇਹਦੇ ਵਾਲੀ ਸੱਲੱਲਾ ਅਲੈਹ ਵਸੱਲਮ ਨੇ ਆ ਕੇ ਬੇਟੀ ਅਤੇ ਬਹਿਣ ਦਾ ਇਹਤਰਾਮ ਦੱਸਿਆ? ਜਦੋਂ ਮੇਰੇ ਨਬੀ ਦੀ ਬਹਿਣ ਆਈ ਨਾ ਹਜ਼ਰਤ ਸ਼ੀਮਾ, ਅਤੇ ਆ ਕੇ ਅਤੇ ਰੋ ਕੇ ਅਤੇ ਸਾਹਮਣੇ ਆਈ ਨਾ, ਅਤੇ ਮੇਰੇ ਅੱਕ ਅਲੈਹ ਸਲਾਮ ਨੇ ਵੇਖਿਆ ਅਤੇ ਬੀਬੀ ਆਈ, ਫਰਮਾਇਆ ਕੌਣ ਹੈ? ਉਹਨੇ ਇਹ ਇਸ ਤਰ੍ਹਾਂ ਕਰਕੇ ਆਪਣੀ ਗਰਦਨ ਤੋਂ ਥੋੜ੍ਹਾ ਜਿਹਾ ਕੱਪੜਾ ਹਟਾ ਕੇ ਅਤੇ ਅਰਜ਼ ਕੀਤੀ, ਸੋਹਣਿਆ ਪਹਿਚਾਨਿਆ ਨਹੀਂ? ਅਤੇ ਆਪਣੀ ਗਰਦਨ ਤੋਂ ਕੱਪੜਾ ਹਟਾ ਕੇ ਕਹਿੰਦੀ ਹੈ, ਤੈਨੂੰ ਬਚਪਨ 'ਚ ਇੰਨੀਆਂ ਲੋਰੀਆਂ ਦਿੱਤੀਆਂ ਸੋਹਣਿਆ, ਤੇਰੇ ਦੰਦਾਂ ਦੇ ਨਿਸ਼ਾਨ ਅਜੇ ਵੀ ਮੇਰੀ ਗਰਦਨ 'ਤੇ ਲੱਗੇ ਹੋਏ ਨੇ। ਹਜ਼ੂਰ ਉੱਠ ਕੇ ਖੜ੍ਹੇ ਹੋ ਗਏ ਅਤੇ ਫਰਮਾਇਆ, ਸਹਾਬਾ ਵੇਖੋ, ਮੁਹੰਮਦ ਦੀ ਬਾਜੀ ਸ਼ੀਮਾ ਆਈ ਜੇ, ਮੇਰੀ ਭੈਣ ਸ਼ੀਮਾ ਆਈ ਜੇ। ਸੈਯਦ ਆਲਮ ਨੇ ਆਪਣੀ ਭੈਣ ਵਾਸਤੇ ਚਾਦਰ ਵਿਛਾ ਦਿੱਤੀ ਅਤੇ ਫਰਮਾ, ਮੇਰੀ ਚਾਦਰ 'ਤੇ ਬੈਠ ਬਾਜੀ, ਮੇਰੇ ਨਬੀ ਦੀ ਸ਼ੀਮਾ ਚਾਦਰ 'ਤੇ ਬੈਠ ਗਈ। ਹਜ਼ੂਰ ਸਾਹਮਣੇ ਬੈਠ ਗਏ, ਪਤਾ ਨਹੀਂ ਭੈਣ ਅਤੇ ਭਾਈ ਨੇ ਮਿਲ ਕੇ ਕਿੰਨੀ ਦੇਰ ਅੰਮਾ ਹਲੀਮਾ ਦੀਆਂ ਗੱਲਾਂ ਕੀਤੀਆਂ ਹੋਣਗੀਆਂ। ਮੇਰੇ ਆਖਾ ਰੋਈ ਜਾ ਰਹੇ, ਤੁਸਾਂ ਈਦ ਉੱਤੇ ਆਪਣੀਆਂ ਭੈਣਾਂ ਨੂੰ ਈਦ ਭੇਜੀ ਕਿ ਨਹੀਂ ਭੇਜੀ? ਤੁਸਾਂ ਤੇ ਖਬਰੇ ਭੇਜੀ ਕਿ ਨਹੀਂ ਭੇਜੀ? ਭੈਣਾਂ ਦੇ ਹੱਕ ਰੱਖੇ ਕਿ ਮਾਰੇ ਮੈਨੂੰ ਨਹੀਂ ਪਤਾ, ਪਰ ਆ ਮੈਂ ਤੈਨੂੰ ਰਸੂਲੁੱਲਾ ਦੀ ਸੀਰਤ ਦਾ ਰੰਗ ਸੁਣਾਵਾਂ। ਬੜੀਆਂ ਗੱਲਾਂ ਕਰਕੇ ਮੇਰੇ ਆਖਾ ਨੇ ਫਰਮਾਇਆ, ਬਾਜੀ ਸ਼ੀਮਾ ਕਿੱਧਰ ਆਈਆਂ? ਸੈਯਦਾ ਸ਼ੀਮਾ ਕਹਿਣ ਲੱਗੀਆਂ, ਵੇ ਕਮਲੀ ਵਾਲਿਆ,
ਤੁਹਾਡੇ ਸਾਹਬਾਂ ਨੇ ਮੇਰੇ ਕਬੀਲੇ ਦੇ ਚੰਦ ਲੋਕ ਗ੍ਰਿਫਤਾਰ ਕਰ ਲਏ ਨੇ, ਮੇਰੀ ਸ਼ਾਦੀ ਜਿਹੜੀ ਕਬੀਲੇ ਦੇ ਅੰਦਰ ਹੋਈ ਸਸਰਾਲ ਪਤਾ ਲੱਗਿਆ, ਮੇਰੇ ਕਬੀਲੇ ਦੇ ਲੋਕਾਂ ਨੇ ਮਦੀਨੇ ਦੇ ਮੁਹੰਮਦ ਗੁਲਾਮਾਂ ਨੇ ਉਹਨਾਂ ਨੂੰ ਕੈਦ ਕਰ ਲਿਆ। ਸਾਰੇ ਚੌਧਰੀਆਂ ਨੂੰ ਮੈਂ ਆਖਿਆ ਇੱਕ ਵਾਰ ਮੈਨੂੰ ਮੁਹੰਮਦ ਸਾਹਮਣੇ ਲੈ ਜਾਓ, ਮੈਂ ਸਾਰੇ ਕੈਦੀ ਛੁਡਾ ਕੇ ਲੈ ਆਵਾਂਗੀ। ਕਬੀਲੇ ਦੇ ਸਰਦਾਰ ਕਹਿਣ ਲੱਗੇ, ਬੀਬੀ ਤੂੰ ਕਬੀਲੇ ਦੀ ਇੱਕ ਆਮ ਜੀ ਔਰਤ ਹੈ, ਉੱਤੇ ਬੜੇ ਬੜੇ ਬਾਦਸ਼ਾਹਾਂ ਦੀਆਂ ਨਹੀਂ ਚੱਲੀਆਂ, ਬੜੇ ਬੜੇ ਕਬੀਲੇ ਦੇ ਸਰਦਾਰਾਂ ਦੀਆਂ ਨਹੀਂ ਚੱਲੀਆਂ, ਤੂੰ ਕਬੀਲੇ ਦੀ ਇੱਕ ਆਮ ਜੀ ਔਰਤ ਹੈ, ਤੇਰੀ ਕਿਵੇਂ ਚੱਲੇਗੀ। ਲੋਕਾਂ ਨੇ ਆਖਿਆ ਬੀਬੀ ਨਾ ਮਦੀਨੇ ਜਾਵੀ, ਮੈਂ ਕਹਿ ਕੇ ਆਈਆਂ ਲੋਕੋ ਇੱਕ ਵਾਰੀ ਮੈਨੂੰ ਮੁਹੰਮਦ ਦੀ ਬਾਰਗਾਹ ਚ ਲੈ ਜਾਓ। ਕਬੀਲੇ ਵਾਲਿਆਂ ਪੁੱਛਿਆ ਤੇਰਾ ਮੁਹੰਮਦ ਦਾ ਰਿਸ਼ਤਾ ਕੀ ਹੈ, ਮੈਂ ਕਹਿ ਕੇ ਆਈਆਂ ਇੱਕ ਵਾਰੀ ਮੈਨੂੰ ਮੁਹੰਮਦ ਦੇ ਸਾਹਮਣੇ ਲੈ ਜਾਓ, ਫਿਰ ਮੁਹੰਮਦ ਦੱਸਣਗੇ ਮੇਰਾ ਤੇ ਮੁਹੰਮਦ ਦਾ ਰਿਸ਼ਤਾ ਕੀ ਹੈ। ਕਹਿਣ ਲੱਗੀ ਸੁਣਿਆ, ਮੈਂ ਕਬੀਲੇ ਚ ਬੜੀ ਗਰਦਨ ਉੱਚੀ ਕਰਕੇ ਆਵਾਜ਼ ਉੱਚੀ ਕਰਕੇ ਆਈ ਆ, ਮੈਂ ਕਦੀ ਛੁਡਾ ਕੇ ਲੈ ਕੇ ਆਵਾਂਗੀ। ਸੁਣਿਆ ਆਪਣੀ ਭੈਣ ਦੀ ਲਾਜ ਰੱਖਣੀ, ਮੇਰੇ ਆਖਾਂ ਨੇ ਫਰਮਾਇਆ ਬਾਜੀ ਮੰਗ ਕੀ ਮੰਗਣੀ ਹੈ, ਅਰਦ ਕੀਤੀ ਸੋਹਣਿਆ ਮੇਰੇ ਕਬੀਲੇ ਦੇ ਲੋਕ ਛੋੜ ਦਿਓ। ਮੇਰੇ ਆਖਾਂ ਨੇ ਫਰਮਾਇਆ ਸਾਬਾ ਇਹਨਾਂ ਦੇ ਕਬੀਲੇ ਦੇ ਸਾਰੇ ਲੋਕ ਛੱਡ ਦਿਓ, ਅੱਜ ਮੁਹੰਮਦ ਦੀ ਬਾਜੀ ਸ਼ੀਮਾ ਆਈ ਹੈ। ਨੌਜਵਾਨੋ ਕਬੀਲੇ ਦੇ ਸਾਰੇ ਕੈਦੀ ਵੀ ਛੋੜ ਦਿੱਤੇ। ਜਦੋਂ ਮੇਰੇ ਆਖਾਂ ਦੀ ਬਾਜੀ ਟੁਰਨ ਲੱਗੀ, ਮੇਰੇ ਆਖਾਂ ਸੀਨੇ ਲਾ ਕੇ ਰੋਂਦੇ ਰਹੇ, ਉਹ ਬਚਪਨ ਦੀਆਂ ਬਾਜੀ ਦੀਆਂ ਲੋਰੀਆਂ ਯਾਦ ਆਈਆਂ, ਅੰਮਾ ਲੀਮਾ ਦੇ ਵੇੜੇ ਦੀਆਂ ਬਹਾਰਾਂ ਯਾਦ ਆਈਆਂ। ਬਾਜੀ ਟੁਰਨ ਲੱਗੀ, ਮੇਰੇ ਨਬੀ ਨੇ ਭੈਣ ਨੂੰ ਗੁਲਾਮ ਵੀ ਅਦਾ ਕੀਤੇ, ਉਹਨੂੰ ਬਾਂਦੀਆਂ ਤੇ ਨੌਕਰਾਨੀਆਂ ਵੀ ਦਿੱਤੀਆਂ, ਉਹਨੂੰ ਤੀਰਾਂ ਤੇ ਦਿਨਾਰ ਤੇ ਬੱਕਰੀਆਂ ਤੇ ਓਟ ਦੇ ਕੇ ਟੋਰਿਆ। ਨਾਲੇ ਉਮਦ ਨੂੰ ਦੱਸਿਆ ਮੁਹੰਮਦ ਦਾ ਕਲਮਾ ਪੜ੍ਹ ਕੇ ਗੁਜ਼ਾਰਾ ਨਾ ਕਰ ਲਿਆ ਜੇ, ਜਦੋਂ ਭੈਣਾਂ ਬੂਵੇ ਆ ਜਾਣ ਇੰਜ ਟੋਰਿਆ ਜੇ ਜਿਵੇਂ ਮੁਹੰਮਦ ਦੇ ਭੈਣ ਨੂੰ ਟੋਰਿਆ। ਕੈਦਨ ਬਣ ਕੇ ਆਈ, ਉਹਦੇ ਸਿਰ ਤੇ ਦੁਪੱਟਾ ਹੀ ਨਹੀਂ, ਤੇ ਕੌਣ ਵਾਲੀ ਨੇ ਆਪਣੀ ਚਾਦਰ ਤੇ ਕਮਲੀ ਉਹਦੇ ਸਿਰ ਤੇ ਰੱਖੀ, ਤੇ ਲੋਕ ਅਰਜ਼ ਕੀਤੀ ਸੋਹਣਿਆ ਕਾਫਿਰ ਦੀ ਧੀ ਏ। ਮੇਰੇ ਨਬੀ ਫਰਮਾਇਆ ਭਾਵੇਂ ਕਾਫਿਰ ਦੀ ਏ, ਹੈ ਤੇ ਕਿਸੇ ਦੀ ਧੀ ਨਾ। ਫਰਮਾਇਆ ਦੇ ਸਿਰ ਤੇ ਚਾਦਰ ਦੇ ਕੇ ਆਉਣ ਵਾਲੀ ਉਮਤ ਦੀਆਂ ਬੇਟੀਆਂ ਨੂੰ ਦੱਸਣਾ ਚਾਹੁੰਦਾ, ਜੇ ਮੈਂ ਆਪਣੀ ਬੇਟੀ ਦਾ ਸਿਰ ਨੰਗਾ ਨਹੀਂ ਵੇਖ ਸਕਦਾ ਤੇ ਸਿਰ ਨੰਗੇ ਮੈਂ ਗੈਰਾਂ ਦੀਆਂ ਧੀਆਂ ਦੇ ਵੀ ਨਹੀਂ ਵੇਖ ਸਕਦਾ। ਇਸ ਵਾਸਤੇ ਮੈਂ ਪੜਿਆ ਕਰਨਾ ਵਾ, ਜਿਸ ਵੇਲੇ ਤਸ਼ਰੀਫ ਲਿਆਇਆ ਵਾਲੀ ਧੀਆਂ ਨੂੰ ਵੀ ਇੱਜ਼ਤਾਂ ਮਿਲੀਆਂ, ਭਰ ਗਏ ਕਾਸ਼ੇ ਖਾਲੀ, ਇਹ ਧੀਆਂ ਨੂੰ ਵੀ ਇੱਜ਼ਤਾਂ ਮਿਲੀਆਂ, ਭਰ ਗਏ ਕਾਸ਼ੇ ਖਾਲੀ।
ਨਬੀ ਦੀ ਸੀਰਤ ਪੜ੍ਹ ਕੇ ਵੇਖ ਲਓ, ਗਰੀਬਾਂ ਮਾੜਿਆਂ ਜਾਨਵਰਾਂ ਆਪਣਿਆਂ ਬੇਗਾਨਿਆਂ ਮਾਂ ਬਾਪ ਭੈਣ ਬੇਟੀ ਬੀਵੀ ਹਰ ਇੱਕ ਦਾ ਖਿਆਲ ਮੇਰੇ ਨਬੀ ਕੀਤਾ। ਅਮਾਸ਼ਾ ਸਿੱਦੀਕਾ ਨੇ ਇੱਕ ਦਿਨ ਅਰਜ਼ ਕੀਤੀ, ਬੀਵੀ ਸਾਨਾ ਲਾਡਾਂ ਵਾਲੀ, ਮੇਰਾ ਨਬੀ ਰੱਬ ਦਾ ਮਹਿਬੂਬ ਤੇ ਉਹ ਰੱਬ ਦੇ ਮਹਿਬੂਬ ਦੀ ਮਹਿਬੂਬਾ, ਤੇ ਅਰਜ਼ ਕਰਦੀ ਆ ਤੁਹਾਨੂੰ ਮੇਰੇ ਨਾਲ ਕਿੰਨਾ ਕੋਈ ਪਿਆਰ ਹੈ। ਬੀਵੀ ਨੂੰ ਬੜਾ ਚਾਅ ਹੁੰਦਾ ਸ਼ੋਹਰ ਨੂੰ ਪੁੱਛਣ ਦਾ, ਤੁਹਾਨੂੰ ਮੇਰੇ ਨਾਲ ਕਿੰਨਾ ਪਿਆਰ ਹੈ। ਅੱਜ ਦੀ ਬੀਵੀ ਪੁੱਛ ਲਵੇ ਤਾਂ ਨੌਜਵਾਨ ਨੂੰ ਦੱਸਣਾ ਨਹੀਂ ਆਉਂਦਾ, ਕਿਉਂ? ਕਿਉਂਕਿ ਤਰਬੀਅਤ ਨਹੀਂ ਹੋਈ। ਪਰਵਾਹ ਮਦੀਨੇ ਦੇ ਤਾਜਦਾਰਾ, ਅਮਾਸ਼ਾ ਪੁੱਛਦੀ ਆ ਤੁਹਾਨੂੰ ਮੇਰੇ ਨਾਲ ਕਿੰਨਾ ਕੋਈ ਪਿਆਰ ਹੈ। ਨਹੀਂ ਸਮਝੇ? ਜੱਗ ਕਰੇ ਨਬੀ ਨਾਲ ਪਿਆਰ, ਰੱਬ ਕਰੇ ਨਬੀ ਨਾਲ ਪਿਆਰ, ਅਤੇ ਉਹ ਨਬੀ ਨੂੰ ਪੁੱਛਦੀ ਆ ਤੁਹਾਨੂੰ ਮੇਰੇ ਨਾਲ ਕਿੰਨਾ ਪਿਆਰ ਹੈ। ਮੇਰੇ ਨਬੀ ਦੇ ਫਿਰ ਦੱਸਣ ਤੋਂ ਸਦਕੇ ਇਹ ਇੰਜ ਕਰਕੇ ਮੇਰੇ ਨਬੀ ਨੇ ਕਮਲੀ ਦਾ ਕੋਨਾ ਪਕੜਿਆ, ਇਹ ਇਸ ਤਰ੍ਹਾਂ ਕਰਕੇ ਗਿਰਾ ਲਗਾਈ, ਗਿਰਾ ਲਗਾ ਕੇ ਜ਼ੋਰ ਨਾਲ ਪੀਚ ਕੇ, ਅਤੇ ਹਜ਼ੂਰ ਫਰਮਾਉਂਦੇ ਨੇ ਆਸ਼ਾ ਮੈਨੂੰ ਤੇਰੇ ਨਾਲ ਇੰਨਾ ਪਿਆਰ ਹੈ। ਉਸ ਦਿਨ ਤੋਂ ਬਾਅਦ ਅੰਮਾ ਆਸ਼ਾ ਕਦੇ ਨਹੀਂ ਪੁੱਛਿਆ ਤੁਹਾਨੂੰ ਮੇਰੇ ਨਾਲ ਕਿੰਨਾ ਪਿਆਰ ਹੈ, ਬਸ ਪੁੱਛਦੀ ਆ ਸਾਨੂੰ ਉਹ ਗੰਢ ਦਾ ਕੀ ਹਾਲ ਹੈ। ਹਜ਼ੂਰ ਨੇ ਫਰਮਾਉਣਾ ਉਵੇਂ ਪੱਕੀ ਹੈ, ਉਵੇਂ ਪੱਕੀ ਹੈ, ਯਾਨੀ ਕਿ ਕੋਈ ਕਾਇਨਾਤ ਦਾ ਰਿਸ਼ਤਾ ਹੋਵੇ ਉਹਦਾ ਮਾਣ ਮੇਰੇ ਨਬੀ ਨੇ ਰੱਖਿਆ, ਮਾਨ ਮੇਰੇ ਨਬੀ ਨੇ ਰੱਖਿਆ। ਲਕਦ ਕਾਨ ਲਕੁਮ ਫੀ ਰਸੂਲਿਲਾਹ ਉਸਵਤੁਨ ਹਸਨਾ, ਫਰਮਾਇਆ ਰਸੂਲੁੱਲਾ ਵਿੱਚ ਤੁਹਾਡੇ ਵਾਸਤੇ ਬਿਹਤਰੀਨ ਨਮੂਨਾ ਹੈ। ਜਬ ਕਬੀ ਵੀ ਬਾਤ ਹੋਗੀ ਸਾਹਿਬ ਕਿਰਦਾਰ ਕੀ, ਹਰ ਬਸ਼ਰ ਦੇਗਾ ਗਵਾਹੀ ਅਹਿਮਦ ਮੁਖਤਾਰ ਕੀ। ਲਓ ਜੀ ਕਹਿੰਦੇ ਨੇ ਮਾਂ ਦੀ ਸ਼ਾਨ ਦਾ ਇੱਕ ਸ਼ੇਰ ਪੜ੍ਹ ਦਿਓ, ਆਖਿਰ ਤੂੰ ਸ਼ੇਰ ਸੁਣ ਲਓ ਤੇ ਮੈਂ ਇਜਾਜ਼ਤ ਚਾਹਾਂ। ਆਰਵੇ ਗੜੀ ਰਹਿਮਤੁਲਾਹ ਅਲੈਹ ਫਰਮਾਉਂਦੇ ਨੇ, ਮਾਵਾਂ ਵਾਲੇ ਬਈ ਮਾਵਾਂ ਵਾਲੇ ਮਾਵਾਂ ਦੇ ਕੁਲ ਸੈ ਫਰਿਆਦ ਲੈ ਜਾਂਦੇ ਐ, ਪਰ ਮੋਈਆਂ ਮਾਵਾਂ ਵਾਲੇ ਰੋ ਰੋ ਆਪੇ ਛੁਪ ਕਰੀ ਜਾਵਾਂਦੇ, ਇਹ ਮੋਈਆਂ ਮਾਵਾਂ ਵਾਲੇ ਰੋ ਰੋ ਆਪੇ ਛੁਪ ਜਾਂਦੇ। ਤੁਸਾਂ ਈਦ ਦਿਨ ਵੇਖਿਆ ਹੋਵੇਗਾ ਸਾਰਾ ਰਾਜਾ ਹਰਪਾਲ ਵਾਲੇ ਨਵੇਂ ਕੱਪੜੇ ਪਾ ਕੇ ਖੁਸ਼ੀਆਂ ਮਨਾਉਂਦੇ ਆਉਣਗੇ, ਈਦ ਮਨਾਉਂਦੇ ਆਉਣਗੇ, ਪਰ ਜਿਨ੍ਹਾਂ ਦੀਆਂ ਮਾਵਾਂ ਠੁਰ ਗਈਆਂ ਨੇ ਉਹ ਈਦ ਵਾਲੇ ਦਿਨ ਕੱਪੜੇ ਪਾ ਕੇ ਕਬਰਸਤਾਨ ਜਾ ਕੇ ਮਾਵਾਂ ਦੀਆਂ ਕਬਰਾਂ 'ਤੇ ਬੈਠ ਕੇ ਰੋਂਦੇ ਆਉਣਗੇ। ਇਹ ਮਾਵਾਂ ਟੁਰ ਜਾਣ, ਈਦਾਂ ਵੀ ਈਦਾਂ ਨਹੀਂ ਲੱਗਦੀਆਂ, ਇਹ ਮੋਈਆਂ ਮਾਵਾਂ ਵਾਲੇ ਰੋ ਰੋ ਆਪੇ ਛੁਪੇ ਕਰ ਜਾਂਦੇ।